ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਕਈ ਮੰਡੀਆਂ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਆੜ੍ਹਤੀਆਂ ਕਿਸਾਨਾਂ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਣਕ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਤਤਪਰ ਹੈ ਤੇ ਕਿਸਾਨ ਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਪੇਸ਼ ਆਉਣ ਦਿੰਦੀ। ਅੱਜ ਆਏ ਸੀਗੇ ਜੀ ਅਸੀਂ ਦਾਣਾ ਮੰਡੀ ਚੈੱਕ ਕਰਨ ਸਾਰੀਆਂ ਮੰਡੀਆਂ ਕਿ ਸਾਡੇ ਜ਼ਿਮੀਦਾਰ ਭਰਾ ਜਿਹੜੇ ਨੇ ਜਾਂ ਜਿਹੜੇ ਸਾਡੇ ਆੜ੍ਹਤੀ ਭਰਾ ਨੇ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੈਗੀ ਹੈ ਤੇ ਅਸੀਂ ਉਹਨਾਂ ਬਾਰੇ ਉਹਨਾਂ ਕੋਲੋਂ ਵਿਸਥਾਰ ਨਾਲ ਜਾਣਨ ਲਈ ਆਏ ਸੀ ਅਤੇ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਲਦੀ ਤੋਂ ਜਲਦੀ ਉਹਨਾਂ ਦਾ ਨਿਪਟਾਰਾ ਹੋ ਸਕੇ ਔਰ ਬਾਕੀ ਇਹਨਾਂ ਨੇ ਜਿਹੜੀਆਂ ਖਰੀਦ ਪ੍ਰਤੀ ਦੱਸੀਆਂ ਹੈ ਉਹ DFSC ਸਾਹਿਬ ਨਾਲ ਗੱਲ ਕੀਤੀ ਹੈ। ਪੇਮੈਂਟ ਵੀ 2-3 ਦਿਨਾਂ ਤੱਕ ਸਟ੍ਰੀਮਲਾਈਨ ਹੋ ਜਾਊਗੀ ਸਾਰੀ ਔਰ ਜਿਹੜੀ ਖਰੀਦ ਹੈ ਜਾਂ ਜੇ ਕੋਈ ਬਾਰਦਾਨੇ ਦੀ ਕਮੀ ਉਹ ਵੀ ਪੂਰੀ ਕਰ ਦਾਂਗੇ। ਜਿਹੜਾ 2,29,00,000 ਰੁਪਈਆ ਮੰਡੀ ਲਈ ਆਇਆ ਦਾਣਾ ਮੰਡੀ ਆਉਣ ਕੋਲ ਲਈ ਉਹਦੇ ਵਿੱਚੋਂ ਆਪਣੇ ਸੜਕ ਵਾਸਤੇ ਤੇ ਫੜਾ ਵਾਸਤੇ ਜੀ। ਅੱਛਾ ਜੀ, ਤੋ ਕੋਈ ਵੀ ਇਹ ਸੜਕਾਂ ਦਾ ਤਾਂ ਨਹੀਂ ਅਜੇ ਮੈਨੂੰ ਇਹਨਾਂ ਨੇ ਦੱਸਿਆ ਕੋਈ, ਪਰ ਹਾਂ ਇਹਨਾਂ ਨੇ ਮੈਨੂੰ ਸੀਵਰੇਜ ਦੀ ਪ੍ਰੋਬਲਮ ਦੱਸੀ ਹੈ ਮੰਡੀ ਦੀ ਅਤੇ ਉਹਦੇ ਵਿੱਚ ਕੋਈ ਫੰਡਾਂ ਦੀ ਘਾਟ ਸੀ ਮਾਰਕੀਟ ਕਮੇਟੀ ਲੋਕਲ ਕੋਲ ਅਤੇ ਉਹ ਇਹਨਾਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਬਣਾ ਕੇ ਐਸਟੀਮੇਟ ਉੱਪਰ ਭੇਜ ਦੇਣ ਹੈੱਡ ਆਫਿਸ, ਤਾਂ ਕਿ ਅਸੀਂ ਉੱਥੇ ਜਾ ਕੇ ਛੇਤੀ ਉਹਨਾਂ ਤੋਂ ਫੰਡ ਮੁਹੱਈਆ ਕਰਾ ਕੇ ਇਹਨਾਂ ਦਾ ਜਿਹੜੀ ਹੈ ਸੀਵਰੇਜ ਦੀ ਡਿਮਾਂਡ ਹੈ ਛੇਤੀ। ਔਰ ਇੱਕ ਇਹਨਾਂ ਨੇ ਲਾਈਟਾਂ ਦੀ ਦੱਸੀ ਹੈ ਪ੍ਰੋਬਲਮ, ਉਹ ਲਾਈਟਾਂ ਦੀ ਪ੍ਰੋਬਲਮ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ, ਉਹ ਜਲਦੀ ਤੋਂ ਜਲਦੀ ਅਸੀਂ ਇੱਥੇ ਲਾਈਟਾਂ ਮੁਹੱਈਆ। ਤਰਨ ਤਾਰਨ ਤੋਂ ਲਾਈਵ ਭਾਰਤ ਲਈ ਰਿੰਪਲ ਗੋਲਨ ਦੀ ਸਪੈਸ਼ਲ ਰਿਪੋਰਟ।